ਹੁਣ ਅਸੀਂ ਮੈਨੇ ਪਿਆ ਮਿਸ਼ਨ ਇੰਪੋਸੀਬਲ ਨਹੀਂ ਤਰਫ ਹਾਂ ਇੱਥੇ ਕਸ਼ਤੀਆਂ ਚੱਲਣੀਆਂ ਆਉਣ ਵਾਸਤੇ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕਮ ਸਾਰੇ ਵੇਖਣ ਵਾਲਾ ਕੋ ਕਾਜ਼ੀ ਮੁਸ਼ਰ ਸੰਨੀ ਤਰਫੋ ਖੁਸ਼ ਆਮਦੀਦ ਵੈਲਕਮ ਕਾਫੀ ਅਰਸੇ ਤੋਂ ਵੀਡੀਓ ਕੋ ਨਹੀਂ ਬਣਾਈ ਕੁਝ ਮਸਰੂਫੀਆਤ ਹੀ ਆ ਜਿਸ ਨੇ ਵਜ੍ਹਾ ਤੋਂ ਵੀਡੀਓ ਨਾ ਬਣਾ ਸਕੇ ਅਤੇ ਅੱਜ ਅਸੀਂ ਮੈਨੇ ਪਿਆ ਯੂਨੀਵਰਸਿਟੀ ਸਾਧ ਬਈ ਆਉਣ ਵਾਲੇ ਥੋੜ੍ਹਾ ਵੇਟ ਕਰੇ ਸਾਂ ਜਿਹੜੀ ਗੱਡੀ ਆ ਸੀ ਉਸ ਤੋਂ ਸਾਂ ਯੂਨੀਵਰਸਿਟੀ ਅੱਜ ਮੁਦੱਸਰ ਬਾਈ ਨੀ ਦਾਵਤ ਅਤੇ ਮੀਆਂ ਵਾਲੀ ਕੋਈ ਨਵਾਂ ਹੋਟਲ ਖੁੱਲ੍ਹਾ ਉਸ 'ਤੇ ਨਾਸ਼ਤਾ ਕਰਨਾ ਪਹਿਲਾਂ ਉਸ 'ਤੇ ਨਾਸ਼ਤਾ ਕਰਸਾਂ ਅਤੇ ਵੱਧ ਵਸਾਂ ਯੂਨੀਵਰਸਿਟੀ ਜੀ ਅਲਹਮਦੁਲਿਲਾ ਅਸੀਂ ਪਹੁੰਚ ਗਏ ਹਾਂ ਮੀਆਂ ਵਾਲੀ ਯੂਨੀਵਰਸਿਟੀ ਚੌਂਕ 'ਤੇ ਖੱਲੇ ਹਾਂ ਅਸੀਂ ਇੰਤਜ਼ਾਰ ਕਰਨ ਪਿਆ ਆਪਣੇ ਮੇਜ਼ਬਾਨ ਨਾਲ ਯਾਨੀ ਮੁਦੱਸਰ ਬਾਈ ਨਾ ਉਹ ਆਉਣ ਤੋਂ ਬਾਅਦ ਮੈਨੇ ਅੱਗੇ ਹੋਟਲ 'ਤੇ ਗੁੱਡ ਮਾਰਨਿੰਗ ਚਲੋ ਜੀ ਇੰਤਜ਼ਾਰ ਸੀ ਖਤਮ ਅਤੇ ਮੁਦੱਸਰ ਬਾਈ ਆ ਗਏ ਮੈਂ ਅੱਗੇ ਹੋਟਲ 'ਤੇ ਤੁਸੀਂ ਕੋ ਨਾਸ਼ਤਾ ਕਰਵਾਉਣੇ ਆ ਪਹਿਲੇ ਹੋਟਲ 'ਤੇ ਤਾਂ ਕਿ ਜਲਦੀ ਆ ਗਏ ਹੋ ਮੇਰਾ ਲੇਕਿਨ ਇਹਦਾ ਤਾਂ 8 ਵਜੇ ਕਲਾਸ 'ਚ ਪਹੁੰਚਣਾ ਉਸ ਤੋਂ ਪਹਿਲੇ ਕੋਈ ਹੋਟਲ ਢੂੰਢਣਾ ਪਿਆ ਸੀ ਇਹ ਹੋਟਲ ਆਈ ਬੰਦ ਫਿਲਹਾਲ ਹੁਣ ਹੋਰ ਕੋਈ ਹੋਟਲ ਜੁੜੇ ਆ ਫੈਸਲਾ ਥੀ ਆ ਕਿ ਨਾਸ਼ਤਾ ਕਰਸਾਂ ਹਲਵਾ ਪੂਰੀ ਪੂਰੀ ਵਾਲੇ ਕੋਲ ਗਏ ਉਹਨਾਂ ਦਾ ਸਭ ਹਲਵਾ ਹੈ ਕੋਈ ਨਹੀਂ ਸਿਰਫ ਛੋਲੇ ਨੇ ਅਸੀਂ ਬਾਤ ਆ ਗਏ ਹਾਂ ਐਮ ਅਕਰਮ ਹਲਵੇ ਵਾਲਾ ਮਸ਼ਹੂਰ ਹੈ ਮੀਆਂ ਵਾਲੀ ਦੇ ਵਿੱਚ ਇਹਨਾਂ ਦਾ ਹਲਵਾ ਇਹਨਾਂ ਕੋਲ ਹਲਵਾ ਕੀਨੇ ਆ ਅਤੇ ਬਸ ਇਸ ਵੇਲੇ ਫੂਡ ਕਾਰਨਰ ਤੋਂ ਬਣ ਕੇ ਪੂਰੀਆਂ ਨਾਲ ਨਾਸ਼ਤਾ ਕਰ ਜੀ ਅਸੀਂ ਪਹੁੰਚ ਗਏ ਹਾਂ ਬਿਸਮਿਲ੍ਲਾ ਫੂਡ ਕਾਰਨਰ ਮੇਨ ਬਾਜ਼ਾਰ ਨਿਊ ਨਫੀਸ ਬੁੱਕ ਡਿਪੂ ਦੇ ਸਾਹਮਣੇ ਬਿਹਤਰੀਨ ਕਿਸਮ ਦੀ ਹਲਵਾ ਪੂਰੀ ਆ ਗਈ ਹੈ ਨਾਸ਼ਤਾ ਕਰਨ ਅਤੇ ਬਸ ਕਲਾਸ ਵੀ ਪਹੁੰਚ ਰਹੇ ਦਿਲ ਵੀ ਪਹੁੰਚ ਰਹੇ 8 ਵਜੇ ਕਲਾਸ ਹੈ ਅਤੇ 7 ਵਜ ਕੇ 50 ਮਿੰਟ ਹੋ ਗਏ ਮਾਮਿਆਂ ਵਾਲਾ ਹਲਵਾ ਹੋਵੇ ਬਿਸਮਿਲ੍ਲਾ ਕਾਰਨਰਾਂ ਦੀ ਪੂਰੀ ਹੋਵੇ ਇਸ ਤੋਂ ਬਿਹਤਰੀਨ ਨਾਸ਼ਤਾ ਹੋਰ ਤਾਂ ਰੁਕੇ ਚਾਹੀਦੇ ਚਲੋ ਜੀ ਮਿਸ਼ਨ ਨਾਸ਼ਤਾ ਹੋਆ ਪੋਸੀਬਲ ਅਤੇ ਹੁਣ ਅਸੀਂ ਮੈਨੇ ਪਿਆ ਮਿਸ਼ਨ ਇੰਪੋਸੀਬਲ ਨਹੀਂ ਤਰਫ ਯੂਨੀਵਰਸਿਟੀ ਯੂਨੀਵਰਸਿਟੀ ਮੈਨੇ 8 ਵਜੇ ਕਲਾਸ ਆਈ ਅਤੇ 8 ਵਜੇ 10 ਮਿੰਟ ਹੋ ਗਏ ਸਰ ਸ਼ਨਵਾਸ ਸਾਹਿਬ ਦੀ ਕਲਾਸ ਹੈ ਕਲਾਸ ਵੀ ਲਾਉਣੀ ਆ 4 ਕਲਾਸਾਂ ਲਗਾਤਾਰ 2 ਵਜੇ ਤੱਕ ਲਗਾਤਾਰ ਕਲਾਸਾਂ ਚਲੋ ਅਸੀਂ ਗੁਜ਼ਰਨੇ ਪਏ ਹਾਂ ਮੀਆਂ ਵਾਲੀ ਨੇ ਅੰਡਰਪਾਸ ਜੋ ਵਾਹਿਦ ਅੰਡਰਪਾਸ ਮੀਆਂ ਵਾਲੀ ਨਾ ਅਤੇ ਇਸਨੇ ਇਹ ਖਸੂਸੀਅਤ ਹੈ ਕਿ ਅਗਰ ਬਾਰਿਸ਼ ਪਵੇ ਤੇਜ਼ ਤਾਂ ਇਹ ਸਵਿਮਿੰਗ ਪੂਲ ਨੇ ਰੁੱਖ ਤਬਦੀਲ ਕਰ ਛੁੜੇ ਨਾ ਯਾਨੀ ਸਵਿਮਿੰਗ ਪੂਲ 'ਚ ਬਦਲੀ ਹੋਵੇ ਨਾ ਮਲਟੀ ਟਾਸ ਹਾਂ ਇੱਥੇ ਕਸ਼ਤੀਆਂ ਚੱਲਣੀਆਂ ਆਉਣ ਵਾਸਤੇ ਯੂਨੀਵਰਸਿਟੀ ਮੈਨੇ ਪਿਓ ਤਾਂ ਰਾਇਆ 'ਤੇ ਅਚਾਨਕ ਨਜ਼ਰ ਪਈ ਹੈ 1122 ਵਾਲਾ ਦੀ ਐਂਬੂਲੈਂਸ ਖੜੀ ਆਈ ਤਾਂ ਡਿੱਠੇ ਤਾਂ ਸਾਡੇ ਆਪਣੇ ਕਲਾਸ ਪਹਿਲੇ ਹਨ ਉਹਨਾਂ ਦਾ ਬਾਈਕ ਐਕਸੀਡੈਂਟ ਹੋ ਗਿਆ ਅਲਹਮਦੁਲਿਲਾ ਬੱਚਤ ਹੋ ਗਈ ਹੈ ਅਤੇ ਹੁਣ ਅਸਾਂ ਬਸ ਉਹਨਾਂ ਦੇ ਪਿੱਛੇ ਮੈਨੇ ਪਿਆ ਹੋਸਪਿਟਲ ਸ਼ੁਕਰ ਅੱਲਾਹ ਤਾਲਾ ਉਹਨਾਂ ਨੂੰ ਜ਼ਿਆਦਾ ਚੋਟ ਤੋਂ ਬਚਾ ਕੇ ਹੁਣ ਹਸਪਤਾਲੋਂ ਨਿਕਲੇ ਅਸਾਂ ਸ਼ੁਕਰ ਅੱਲਾਹ ਦਾ ਬੱਚਤ ਹੋ ਗਈ ਹੈ ਤ੍ਰਿਆਂ ਦੀ ਯੂਨੀਵਰਸਿਟੀ ਲੜਕਿਆਂ ਚੌਥਾ ਜਿਹੜਾ ਟੈਪਟਾ ਕਾਲਜ ਵਾਲਾ ਲੜਕਾ ਸੀ ਉਸਦੇ ਥੋੜ੍ਹਾ ਬਾਲੂ ਦਾ ਮਸਲਾ ਬੜ ਗਿਆ ਜੀ ਉਸਦਾ ਐਕਸਰੇ ਆਉਂਦਾ ਪਿਆ ਜੀ ਮੁਨੀਬ ਔਰ ਕੋ ਇਬਤਦਾਈ ਅਤੇ ਬੀਮਦਾਰ ਤੋਂ ਬਾਅਦ ਨਾ ਆਗ ਛੋੜਾ ਵੀ ਨਹੀਂ ਬਣ ਸਕਦੇ ਉਹ ਘਰ ਹੁਣ ਬੈਠਣ ਨਾਸ਼ਤਾ ਕਰੇ ਨੇ ਅਤੇ ਅਸੋ ਮੈਨੇ ਪਿਆ ਯੂਨੀਵਰਸਿਟੀ ਜੋ ਅਸਾਂ ਕਲਾਸਾਂ ਲਾਉਣੀਆਂ ਨੇ ਪਹਿਲੀ ਕਲਾਸ ਵੀ ਮਿਸ ਹੋ ਗਈ ਹੈ
ਕਿਸੇ ਵਜ੍ਹਾ ਤੋਂ ਤੇ ਚਲੋ ਵਾ ਥਣਾ ਅੱਲਾ ਖੈਰ ਕਰੇ ਸੀ ਹਾਂ ਹੁਣ ਸ਼ਫਾ ਦੇ ਦੇ ਆਮੀਨ ਹੁਣ ਵਧਵੇਂ ਯੂਨੀਵਰਸਿਟੀ ਚਲੋ ਜੀ ਅਸਾਂ ਪਹੁੰਚ ਗਏ ਯੂਨੀਵਰਸਿਟੀ ਤੇ ਹੁਣ ਲੈਣੇ ਕਲਾਸਾਂ ਕਲਾਸਾਂ ਤੋਂ ਬਾਅਦ ਤੁਸੀਂ ਕੋ ਹਾਲ ਹਵਾਲ ਦੱਸਾਂ क्लासेस ख़त्म हो चुकी हैं और अभी आखिरी क्लास है हमारी स्पेशलाइजेशन की हर्षनवाज साहब की है और मदरसत लोगों की है इंटरनेशनल फाइनेंस हाँ सरमती साहब की किंग ऑफ लेटी अरशद नमान तवान के काला थी गा कैमरा जी पहुंच गए रखी थे आज नवी लॉक थी ख़त्म एंड यूनिवर्सिटी ना कर सके क्योंकि 2 बजे छुट्टी थी टाइम बहुत कम है नमाज पढ़ी जिन जिन नमाज पढ़ रहे था फौरन गड्डी आ गई इस वजह तो थी वीडियो ना बढ़ा सके तो हम मैं पहुंच गया बनू पंप थे जिसमें मोटरसाइकिल खरीद लेना बाद इंशाल्लाह तो सबको मिलने अगली वीडियो ना अल्लाह हाफिज़।